ਇਸ ਧਾਕੜ ਅਫਸਰ ਨੂੰ ਤਾਂ ਸਲਾਮ ਹੈ। ਗਲਤੀ ਭਾਵੇਂ ਆਮ ਸ਼ਖਸ ਕਰੇ ਭਾਵੇਂ ਉਹ ਗਲਤੀ ਕਰਨ ਵਾਲਾ MLA ਦਾ ਖਾਸ ਹੀ ਕਿਉਂ ਨਾ ਹੋਵੇ, ਗਲਤੀ ਜਿਸਨੇ ਕੀਤੀ ਹੈ ਸਦਾ ਸਾਰਿਆਂ ਲਈ ਸੇਮ ਹੋਣੀ ਚਾਹੀਦੀ ਹੈ। ਇਸ ਧਾਕੜ ਅਫਸਰ ਨੇ ਅੱਜ ਕਈਆਂ ਦਾ ਦਿਲ ਜਿੱਤ ਲਿਆ। ਦੇਖ ਸਕਦੇ ਹੋ ਕਿ ਕਿਵੇਂ ਇੱਕ ਚਿੱਟੇ ਰੰਗ ਦੀ ਇਹ ਇਨੋਵਾ ਮਾਰਕੀਟ ਦੇ ਵਿੱਚ ਖੜ੍ਹੀ ਹੈ। ਮਾਰਕੀਟ ਦੇ ਵਿੱਚ ਖੜ੍ਹੀ ਇਸ ਇਨੋਵਾ ਦੇ ਸਟਿੱਕਰ ਲੱਗਿਆ ਹੈ MLA ਦਾ, ਚੰਡੀਗੜ੍ਹ ਨੰਬਰ ਗੱਡੀ ਹੈ ਅਤੇ ਇਸ ਇਲਾਕੇ ਦੇ ਵਿੱਚ ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਵੀ ਨਿਕਲੀ, ਜਿਸ ਤੋਂ ਬਾਅਦ ਇਹ ਗੱਡੀ ਲਵਾਰਿਸ ਖੜ੍ਹੀ ਹੋਈ ਸੀ। ਪੁਲਿਸ ਵਾਲਾ ਆਉਂਦਾ ਹੈ, ਪੁਲਿਸ ਦਾ ਧਾਕੜ ਅਫਸਰ ਚਲਾਨ ਕੱਟਣ ਲੱਗਦਾ ਹੈ ਤਾਂ ਨਾਲ ਹੀ ਇਸ ਗੱਡੀ ਦਾ ਡਰਾਈਵਰ ਆ ਜਾਂਦਾ ਹੈ। ਹਾਲਾਂਕਿ ਹੁਣ ਤੱਕ ਪੁਸ਼ਟੀ ਨਹੀਂ ਹੋਈ ਕਿ MLA ਦੀ ਗੱਡੀ ਹੈ ਜਾਂ ਨਹੀਂ, ਜਿਸ ਤੋਂ ਬਾਅਦ ਕਾਫੀ ਬਹਿਸ ਵਸਾਈ ਹੁੰਦੀ ਹੈ। ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਮੋਗਾ ਦੇ ਮੇਨ ਬਾਜ਼ਾਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ MLA ਦੇ ਸਟਿੱਕਰ ਲੱਗੀ ਹੋਈ ਗੱਡੀ ਮੇਨ ਬਾਜ਼ਾਰ ਦੇ ਵਿੱਚ ਖੜ੍ਹੀ ਹੋਈ ਮਿਲੀ, ਜਿਸ ਤੋਂ ਬਾਅਦ ਪੂਰੀ ਸੜਕ ਜਾਮ ਹੋ ਗਈ। ਪੁਲਿਸ ਵਾਲਾ ਆਉਂਦਾ ਹੈ, ਪੁਲਿਸ ਵਾਲਾ ਚਲਾਨ ਕੱਟਣ ਲੱਗਦਾ ਹੈ ਤਾਂ ਇਹ ਸ਼ਖਸ ਆ ਜਾਂਦਾ ਹੈ ਜਿਹੜਾ ਕਿ ਗੱਡੀ ਦਾ ਡਰਾਈਵਰ ਦੱਸ ਰਿਹਾ ਸੀ ਆਪਣੇ ਆਪ ਨੂੰ। ਤਾਂ ਪੁਲਿਸ ਵਾਲੇ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਆਪਣਾ ਲਾਇਸੈਂਸ ਦੇ, ਮੈਂ ਚਲਾਨ ਕਰਨਾ ਹੈ, ਪਰ ਉਹ ਸ਼ਖਸ ਲਾਇਸੈਂਸ ਨਹੀਂ ਦਿੰਦਾ ਤਾਂ ਅੰਤ ਦੇ ਵਿੱਚ ਟੋ ਵੈਨ ਬੁਲਾ ਕੇ ਗੱਡੀ ਨੂੰ ਟੋ ਕਰਾ ਲਿਆ ਜਾਂਦਾ ਹੈ, ਜਿਸ ਤੋਂ ਬਾਅਦ ਧਾਕੜ ਅਫਸਰ ਇਹ ਧਾਕੜ ਪੁਲਿਸ ਵਾਲੇ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਕਿਉਂਕਿ ਇੱਕ ਆਮ ਸ਼ਖਸ ਜੋ ਗਲਤੀ ਕਰਦਾ ਹੈ ਜਾਂ ਫਿਰ ਕੋਈ MLA ਦਾ ਖਾਸ ਸੇਮ ਗਲਤੀ ਕਰੇ, ਡਿਟੋ ਸੇਮ ਗਲਤੀ ਕਰੇ, ਦੋਨਾਂ ਦੀ ਸਜ਼ਾਵਾਂ ਸੇਮ ਬਣਦੀਆਂ ਨੇ। ਹਾਲਾਂਕਿ ਕਈ ਵਾਰ ਪੁਲਿਸ ਵਾਲੇ ਢਿੱਲ ਵਰਤ ਜਾਂਦੇ ਨੇ, ਅਹੁਦਾ ਵੱਡਾ ਦੇਖ ਕੇ ਛੱਡ ਦਿੰਦੇ ਨੇ, ਪਰ ਇਸ ਪੁਲਿਸ ਕਰਮੀ ਨੇ ਉਹ ਨਹੀਂ ਕੀਤਾ। ਇਸ ਧਾਕੜ ਅਫਸਰ ਨੇ ਮਿੰਟ ਤੋਂ ਪਹਿਲਾਂ ਉਸਦਾ ਚਲਾਨ ਕੱਟਿਆ ਹੈ ਅਤੇ ਇਸ ਮੌਕੇ ਜਦ ਚਲਾਨ ਕੱਟਿਆ ਜਾ ਰਿਹਾ ਸੀ ਆਲੇ ਦੁਆਲੇ ਭੀੜ ਵੀ ਇਕੱਠੀ ਹੋ ਗਈ। ਚੰਡੀਗੜ੍ਹ ਨੰਬਰ ਗੱਡੀ ਦੇਖ ਕੇ ਲੋਕ ਜਿਹੜੇ ਕਿ ਕਈ ਗੱਲਾਂ ਕਰਨ ਲੱਗੇ ਕਿ MLA ਦੀ ਗੱਡੀ ਹੈ, ਕਿਉਂਕਿ ਸਟਿੱਕਰ ਵੀ ਲੱਗਾ ਹੋਇਆ ਸੀ, ਪਰ ਹੁਣ ਤੱਕ ਕਿਸੇ ਪੁਸ਼ਟੀ ਨਹੀਂ ਕੀਤੀ ਕਿਸੇ ਨੇ। ਪਰ ਇਹ ਗੱਲ ਜ਼ਰੂਰ ਹੈ ਕਿ ਇਸ ਇਲਾਕੇ ਦੇ ਵਿੱਚੋਂ ਸੁਖਬੀਰ ਸਿੰਘ ਬਾਦਲ ਨੇ ਯਾਤਰਾ ਕੱਢੀ ਸੀ ਥੋੜ੍ਹੀ ਦੇਰ ਪਹਿਲਾਂ, ਜਿਸ ਤੋਂ ਬਾਅਦ ਹੀ ਇਹ ਗੱਡੀ ਇੱਥੇ ਖੜ੍ਹੀ ਹੋਈ ਦਿਖਾਈ ਦੇ। ਇਸ ਧਾਕੜ ਅਫਸਰ ਨੂੰ ਤਾਂ ਸਲਾਮ ਹੈ। ਗਲਤੀ ਭਾਵੇਂ ਆਮ ਸ਼ਖਸ ਕਰੇ ਭਾਵੇਂ ਉਹ ਗਲਤੀ ਕਰਨ ਵਾਲਾ MLA ਦਾ ਖਾਸ ਹੀ ਕਿਉਂ ਨਾ ਹੋਵੇ, ਗਲਤੀ ਜਿਸਨੇ ਕੀਤੀ ਹੈ ਸਦਾ ਸਾਰਿਆਂ ਲਈ ਸੇਮ ਹੋਣੀ ਚਾਹੀਦੀ ਹੈ। ਇਸ ਧਾਕੜ ਅਫਸਰ ਨੇ ਅੱਜ ਕਈਆਂ ਦਾ ਦਿਲ ਜਿੱਤ ਲਿਆ। ਦੇਖ ਸਕਦੇ ਹੋ ਕਿ ਕਿਵੇਂ ਇੱਕ ਚਿੱਟੇ ਰੰਗ ਦੀ ਇਹ ਇਨੋਵਾ ਮਾਰਕੀਟ ਦੇ ਵਿੱਚ ਖੜ੍ਹੀ ਹੈ। ਮਾਰਕੀਟ ਦੇ ਵਿੱਚ ਖੜ੍ਹੀ ਇਸ ਇਨੋਵਾ ਦੇ ਸਟਿੱਕਰ ਲੱਗਿਆ ਹੈ MLA ਦਾ, ਚੰਡੀਗੜ੍ਹ ਨੰਬਰ ਗੱਡੀ ਹੈ ਅਤੇ ਇਸ ਇਲਾਕੇ ਦੇ ਵਿੱਚ ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਵੀ ਨਿਕਲੀ, ਜਿਸ ਤੋਂ ਬਾਅਦ ਇਹ ਗੱਡੀ ਲਵਾਰਿਸ ਖੜ੍ਹੀ ਹੋਈ ਸੀ। ਪੁਲਿਸ ਵਾਲਾ ਆਉਂਦਾ ਹੈ, ਪੁਲਿਸ ਦਾ ਧਾਕੜ ਅਫਸਰ ਚਲਾਨ ਕੱਟਣ ਲੱਗਦਾ ਹੈ ਤਾਂ ਨਾਲ ਹੀ ਇਸ ਗੱਡੀ ਦਾ ਡਰਾਈਵਰ ਆ ਜਾਂਦਾ ਹੈ। ਹਾਲਾਂਕਿ ਹੁਣ ਤੱਕ ਪੁਸ਼ਟੀ ਨਹੀਂ ਹੋਈ ਕਿ MLA ਦੀ ਗੱਡੀ ਹੈ ਜਾਂ ਨਹੀਂ, ਜਿਸ ਤੋਂ ਬਾਅਦ ਕਾਫੀ ਬਹਿਸ ਵਸਾਈ ਹੁੰਦੀ ਹੈ। ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਮੋਗਾ ਦੇ ਮੇਨ ਬਾਜ਼ਾਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ MLA ਦੇ ਸਟਿੱਕਰ ਲੱਗੀ ਹੋਈ ਗੱਡੀ ਮੇਨ ਬਾਜ਼ਾਰ ਦੇ ਵਿੱਚ ਖੜ੍ਹੀ ਹੋਈ ਮਿਲੀ, ਜਿਸ ਤੋਂ ਬਾਅਦ ਪੂਰੀ ਸੜਕ ਜਾਮ ਹੋ ਗਈ। ਪੁਲਿਸ ਵਾਲਾ ਆਉਂਦਾ ਹੈ, ਪੁਲਿਸ ਵਾਲਾ ਚਲਾਨ ਕੱਟਣ ਲੱਗਦਾ ਹੈ ਤਾਂ
ਇਹ ਸ਼ਖਸ ਆ ਜਾਂਦਾ ਹੈ ਜਿਹੜਾ ਕਿ ਗੱਡੀ ਦਾ ਡਰਾਈਵਰ ਦੱਸ ਰਿਹਾ ਸੀ ਆਪਣੇ ਆਪ ਨੂੰ। ਤਾਂ ਪੁਲਿਸ ਵਾਲੇ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਆਪਣਾ ਲਾਇਸੈਂਸ ਦੇ, ਮੈਂ ਚਲਾਨ ਕਰਨਾ ਹੈ, ਪਰ ਉਹ ਸ਼ਖਸ ਲਾਇਸੈਂਸ ਨਹੀਂ ਦਿੰਦਾ। ਤਾਂ ਅੰਤ ਦੇ ਵਿੱਚ ਟੋ ਵੈਨ ਬੁਲਾ ਕੇ ਗੱਡੀ ਨੂੰ ਟੋ ਕਰਾ ਲਿਆ ਜਾਂਦਾ ਹੈ, ਜਿਸ ਤੋਂ ਬਾਅਦ ਧਾਕੜ ਅਫਸਰ, ਇਹ ਧਾਕੜ ਪੁਲਿਸ ਵਾਲੇ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ, ਕਿਉਂਕਿ ਇੱਕ ਆਮ ਸ਼ਖਸ ਜੋ ਗਲਤੀ ਕਰਦਾ ਹੈ ਜਾਂ ਫਿਰ ਕੋਈ MLA ਦਾ ਖਾਸ ਸੇਮ ਗਲਤੀ ਕਰੇ, ਡਿਟੋ ਸੇਮ ਗਲਤੀ ਕਰੇ, ਦੋਨਾਂ ਦੀ ਸਜ਼ਾਵਾਂ ਸੇਮ ਬਣਦੀਆਂ ਨੇ। ਹਾਲਾਂਕਿ ਕਈ ਵਾਰ ਪੁਲਿਸ ਵਾਲੇ ਢਿੱਲ ਵਰਤ ਜਾਂਦੇ ਨੇ, ਅਹੁਦਾ ਵੱਡਾ ਦੇਖ ਕੇ ਛੱਡ ਦਿੰਦੇ ਨੇ, ਪਰ ਇਸ ਪੁਲਿਸ ਕਰਮੀ ਨੇ ਉਹ ਨਹੀਂ ਕੀਤਾ। ਇਸ ਧਾਕੜ ਅਫਸਰ ਨੇ ਮਿੰਟ ਤੋਂ ਪਹਿਲਾਂ ਉਸਦਾ ਚਲਾਨ ਕੱਟਿਆ ਹੈ, ਅਤੇ ਇਸ ਮੌਕੇ ਜਦ ਚਲਾਨ ਕੱਟਿਆ ਜਾ ਰਿਹਾ ਸੀ ਆਲੇ ਦੁਆਲੇ ਭੀੜ ਵੀ ਇਕੱਠੀ ਹੋ ਗਈ। ਚੰਡੀਗੜ੍ਹ ਨੰਬਰ ਗੱਡੀ ਦੇਖ ਕੇ ਲੋਕ ਜਿਹੜੇ ਕਿ ਕਈ ਗੱਲਾਂ ਕਰਨ ਲੱਗੇ ਕਿ MLA ਦੀ ਗੱਡੀ ਹੈ, ਕਿਉਂਕਿ ਸਟਿੱਕਰ ਵੀ ਲੱਗਾ ਹੋਇਆ ਸੀ, ਪਰ ਹੁਣ ਤੱਕ ਕਿਸੇ ਪੁਸ਼ਟੀ ਨਹੀਂ ਕੀਤੀ ਕਿਸੇ ਨੇ। ਪਰ ਇਹ ਗੱਲ ਜ਼ਰੂਰ ਹੈ ਕਿ ਇਸ ਇਲਾਕੇ ਦੇ ਵਿੱਚੋਂ ਸੁਖਬੀਰ ਸਿੰਘ ਬਾਦਲ ਨੇ ਯਾਤਰਾ ਕੱਢੀ ਸੀ ਥੋੜ੍ਹੀ ਦੇਰ ਪਹਿਲਾਂ, ਜਿਸ ਤੋਂ ਬਾਅਦ ਹੀ ਇਹ ਗੱਡੀ ਇੱਥੇ ਖੜ੍ਹੀ ਹੋਈ ਦਿਖਾਈ ਦੇ।